हाँ जी, सत श्री अकाल जी सारयां नूं। ते आपां इस टाइम ख्यूंग जू दे विच बैठे हाँ, ते अपने जिहड़े पंजाबी भरा आ इह मैनूं राती अपने मेरे होटल तों मैनूं इत्थे लै आए सी अपने, ते सारे इकट्ठे होए हुए आ। चूसक नां दा त्यौहार आ इत्थे, ते उहदे करके तीन चार दिन दीआं छुट्टियां वा पूरे कोरिया दे विच, ते इह सारे वीर इकट्ठे होए आ। ते आपां इस टाइम सवेरे नाश्ता करदे पए हाँ, ते आह तुहानूं विखाउंदे हाँ वी इह वीर होणी वेखो ਬਾਹਰਲੇ ਕੰਟਰੀਆਂ ਦੇ ਵਿੱਚ ਕਿਵੇਂ ਮਿਹਨਤਾਂ ਕਰਕੇ, ਇਹ ਨਹੀਂ ਆ ਵੀ ਕਿਸੇ ਨੇ ਆਪ ਹੀ ਵਿਚਾਰਿਆਂ ਨੇ ਬਣਾਈਆਂ ਰੋਟੀਆਂ। ਜਾ ਵੇਖੋ ਸਾਰੇ, ਅਤੇ ਭਾਅ ਜੀ ਹੋਣੀ ਨੇ ਸਾਡੇ ਸਭ ਤੋਂ ਸੀਨੀਅਰ ਬੰਦੇ ਆ ਸਾਡੇ, ਅਤੇ ਉਹ ਵੀਰ ਜੀ ਹੋਣੀ ਬੈਠੇ ਆ ਸਭ ਡਰੇ ਆ। ਉਹ ਆਪਣੇ ਪ੍ਰਸ਼ਾਦੇ ਛੱਕ ਕੇ ਜਿਹੜੇ ਜਿਹੜੇ ਉੱਤੇ ਬੈਠੇ ਆ ਉਹ ਸਮੇਂ ਤੋਂ ਪ੍ਰਸ਼ਾਦਾ ਖਾ ਕੇ ਅਤੇ ਆਪਣਾ ਲੈਣ ਦੇ ਉੱਤੇ ਹੋ ਗਏ ਆ ਸਾਈਡ ਦੇ ਉੱਤੇ। ਅਤੇ ਬਾਕੀ ਜਿਹੜੇ ਆ ਵੀਰ ਇਹ ਲੱਗੇ ਸਾਡੇ ਸ਼ੈਫ ਸਾਹਿਬ ਨੇ, ਜਿਹੜੇ ਭਾਅ ਜੀ ਜਿਨ੍ਹਾਂ ਨੇ ਸਾਰੀ ਮਿਹਨਤ ਕੀਤੀ ਹੈ। ਆ ਬਹੁਤ ਸ਼ੌਂਕ ਹੈ ਬੰਦੇ ਨੂੰ, ਇਹ ਬਹੁਤ ਬੰਦੇ ਨੂੰ ਮਿਲਦਾ ਹੈ। ਫਿਰ ਕੀ ਹੋਇਆ ਇਹ ਭਾਜੀ ਨੇ ਸਾਡੇ ਕੋਚ ਸਾਹਿਬ ਨੇ ਵੱਡੇ ਮੇਨ ਕੋਚ ਸਾਹਿਬ ਨੇ ਜਿਨ੍ਹਾਂ ਦਾ ਆਸ਼ੀਆਨਾ ਵਾ ਇਹ ਭਰਾਵੋ, ਇਹ ਕੋਕਾ ਕੋਲਾ ਕਦੇ ਕੋਈ ਹੋਰ ਨਾ ਸਮਝ ਲਿਓ। ਆਹ ਵੇਖੋ ਚਾਰ ਆਉਂਦਾ ਇੱਥੇ, ਪਾਕਿਸਤਾਨ ਦਾ ਚਾਰ ਆਉਂਦਾ ਜੀ ਇੱਥੇ। ਅਤੇ ਆਹ ਮੈਂ ਇੱਥੇ ਪਾਰਕ ਦੇ ਵਿੱਚ ਖੜ੍ਹਾ ਹਾਂ, ਅਤੇ ਆਹ ਵੇਖੋ ਇੱਥੇ ਬੱਚਿਆਂ ਵਾਸਤੇ ਜਿਹੜੇ ਪਾਰਕ ਆ ਇਹਨਾਂ ਨੇ ਕਿਵੇਂ ਬਣਾਏ ਹੋਏ ਆ ਕੋਰੀਆ ਦੇ ਵਿੱਚ, ਸਾਊਥ ਕੋਰੀਆ ਦੇ ਵਿੱਚ ਬੱਚਿਆਂ ਵਾਸਤੇ। ਆਹ ਤੁਹਾਨੂੰ ਵਿਖਾਉਂਦੇ ਹਾਂ, ਬੱਚਿਆਂ ਦੇ ਖੇਡਣ ਵਾਸਤੇ ਆ ਜੀ ਝੂਲੇ। ਆਹ ਆਪਣਾ ਕੁਰਸੀਆਂ ਜੀ, ਇਹ ਕਿਟ 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 ਕਿਟ। ਜਿਹੜੇ ਬਜ਼ੁਰਗ ਆ, ਬਜ਼ੁਰਗਾਂ ਵਾਸਤੇ ਇਹਨਾਂ ਨੇ ਵੇਖੋ ਕਿਹੜੀ ਕਿਹੜੀ ਫੈਸਿਲਿਟੀ ਰੱਖੀ ਹੋਈ ਹੈ, ਆਹ ਤੁਹਾਨੂੰ ਵਿਖਾਉਂਦੇ ਹਾਂ। ਜਿਹਨੇ ਛਾਵੇਂ ਬਹਿਣਾ ਛਾਵੇਂ ਬਹਿ ਸਕਦਾ। ਆਹ ਜਿਹੜੀ ਜ਼ਮੀਨ ਆ ਨਾ, ਆਹ ਜਿਹੜੀ ਆ ਤੁਸੀਂ ਵੇਖਦੇ ਪਏ ਪੋਲੀ ਆ, ਜਿਸ ਤਰ੍ਹਾਂ ਥੱਲੇ ਮਿੱਟੀ ਹੁੰਦੀ ਆ ਇਹ, ਮਤਲਬ ਕਿ ਆਹ ਵੇਖੋ ਨਾ, ਆਹ ਵੇਖੋ ਚੂਸਦੀ ਚੂਸਦੀ। ਆਹ ਵੇਖੋ ਐਕਸਰਸਾਈਜ਼ ਵਾਸਤੇ ਇਹਨਾਂ ਨੇ ਲਾਈਆਂ ਵਾ, ਇਹ ਚੀਜ਼ਾਂ ਲਾਈਆਂ ਹੋਈਆਂ ਐਕਸਰਸਾਈਜ਼ ਵਾਸਤੇ। ਆਹ ਹੈਗਾ ਜਿਹਨੇ ਇੱਥੇ ਬਹਿਣਾ ਬਹਿ ਕੇ ਆਪਣਾ, ਮਤਲਬ ਜਦੋਂ ਬਾਰਿਸ਼ ਵਗੈਰਾ ਜਾਂ ਧੁੱਪ ਵਗੈਰਾ ਹੈਗੀ ਆ ਤਾਂ ਤੁਸੀਂ ਇੱਥੇ ਬੈਠ ਸਕਦੇ ਜੀ ਬੜੇ ਵਧੀਆ ਤਰੀਕੇ ਨਾਲ। ਆਪਾਂ ਅੱਜ ਉਲਸਨ ਸ਼ਹਿਰ ਆ ਜਿਹੜਾ ਬਸਾਨ ਤੋਂ ਕੋਈ ਤਕਰੀਬਨ 50 ਤੋਂ 60 ਕਿਲੋਮੀਟਰ ਦੀ ਦੂਰੀ ਦੇ ਉੱਤੇ ਉੱਥੇ ਆਏ ਹਾਂ, ਅਤੇ ਉੱਥੇ ਇੱਕ ਦਾਏ ਵਾਂਗ ਐਮ ਪਾਰਕ ਆ ਜੀ, ਉਹ ਦੇਖਣ ਆਏ ਹਾਂ। ਆਹ ਇੱਕ ਮਗਰਮੱਛ ਬਣਿਆ ਜੀ, ਬੜਾ ਤਕੜਾ ਸਿੰਬਲ ਜਿਹਾ ਬਣਿਆ ਇੱਥੇ, ਆਹ ਦਿਖਾਉਂਦੇ ਹਾਂ। ਤੇ ਹੁਣ ਛਕਣ ਲੱਗੇ ਹਾਂ ਵੈਜੀਟੇਰੀਅਨ, ਜਿਹੜਾ ਆਪਣੇ ਵਾਸਤੇ ਹੀ ਆ ਸਿਰਫ ਖਾਣ ਪੀਣ ਤੋਂ ਬਾਅਦ। ਅਤੇ ਆਹ ਤੁਹਾਨੂੰ ਵਾਕ ਵਿਖਾਉਂਦੇ ਹਾਂ, ਆਹ ਵੇਖੋ ਇਹਨਾਂ ਨੇ ਕਿੱਡਾ ਵਧੀਆ ਬਣਾਇਆ ਹੋਇਆ ਸਾਰਾ। ਹਰਿਆਲੀ ਜਿਹੜੀ ਆ ਇਹਨਾਂ ਨੇ ਪੂਰੀ ਮੇਨਟੇਨ ਕਰਕੇ ਰੱਖੀ ਹੋਈ ਆ, ਹਰ ਬੰਦਾ ਆਪਣੇ ਹਿਸਾਬ ਨਾਲ ਇੱਥੇ
ਚੱਲਦਾ। ਹਾਂ ਵੇਖੋ ਜੀ ਹਾਂ ਵੇਖੋ ਓ ਭਾਈ ਸਾਹਿਬ ਹਿਲਦਾ ਪਿਆ ਪੁੱਲ ਪੂਰਾ ਹਿਲਦਾ ਪਿਆ ਓਏ ਹੋਏ 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 ਹਾਂ ਵੇਖੋ ਯਾਰ ਪੂਰੇ ਨਜ਼ਾਰੇਦਾਰ ਆ ਨਜ਼ਾਰੇਦਾਰ ਕੋਰੀਆ ਟੂਰਿਜ਼ਮ ਭਾਈ ਸਾਹਿਬ ਸਾਹ ਜਿਹੜਾ ਵਾ ਗਲ ਦੇ ਵਿੱਚ ਆਇਆ ਹੋਇਆ ਬਹੁਤ ਜ਼ਿਆਦਾ ਹਿਲਦਾ ਪਿਆ ਪੂਰਾ ਇਸ ਤਰ੍ਹਾਂ ਓਏ ਹੋਏ 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 ਨਜ਼ਾਰੇਦਾਰ ਆ ਕੰਮ ਉਹ ਮਾਤਾ ਜੀ ਦੇਖੋ ਕਿਵੇਂ ਭੱਜੇ ਜਾਂਦੇ ਪਏ ਆ ਇੱਥੇ ਮੈਂ ਤੁਹਾਨੂੰ ਦੱਸਦਾ ਜਿਹੜੇ ਬਜ਼ੁਰਗ ਆ 70-80 ਸਾਲ ਦੇ ਜਿਹੜੇ ਆਪਣੇ ਤਾਂ ਵਿਚਾਰੇ ਘਰਾਂ 'ਚ ਬੈਠੇ ਆ ਅਤੇ ਆਪਣੇ ਤਾਂ ਜ਼ਿੰਦਗੀਆਂ ਵੀ ਓਨੀਆਂ ਨਹੀਂ ਰਹਿ ਗਈਆਂ ਪਰ ਇੱਥੇ ਬਹੁਤ ਲੰਬੀਆਂ ਜ਼ਿੰਦਗੀਆਂ ਅਸੀਂ 90-90 ਸਾਲ ਦੀਆਂ ਜਨਾਨੀਆਂ ਵੀ ਮੈਂ ਫੈਕਟਰੀਆਂ 'ਚ ਕੰਮ ਕਰਦੀਆਂ ਵੇਖੀਆਂ ਇੱਥੇ ਅਤੇ ਤੁਹਾਨੂੰ ਦਿਖਾਵਾਂਗੇ ਸਾਰਾ ਅਤੇ ਜੇ ਟਾਈਮ ਲੱਗਾ ਤਾਂ ਕਿਉਂਕਿ ਇਹਨਾਂ ਦਾ ਖਾਣ ਪੀਣ ਇੰਨਾ ਕੁ ਜ਼ਿਆਦਾ ਸ਼ੁੱਧ ਆ ਵੀ ਹਰ ਚੀਜ਼ ਦੇ ਵਿੱਚ ਇਹਨਾਂ ਦੀ ਜਿਹੜੀ ਕੋਲਡ ਡਰਿੰਕ ਆ ਨਾ ਸਾਡੇ ਇੰਡੀਆ ਦੀ ਕੋਲਡ ਡਰਿੰਕ ਨਾਲੋਂ ਵੀ ਵਧੀਆ ਜੇ ਤੁਸੀਂ ਇੱਥੇ ਮੈਂ ਐਕਚੁਲੀ ਕੋਲਡ ਡਰਿੰਕ ਬਹੁਤ ਘੱਟ ਪੀਣਾ ਅਵੋਇਡ ਕਰਦਾ ਪਰ ਮੈਨੂੰ ਇੱਥੇ ਇਹਨਾਂ ਨੇ ਇਹ ਦੱਸਿਆ ਵੀ ਜੇ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਇਹ ਉਹ ਕੋਲਡ ਡਰਿੰਕ ਨਹੀਂ ਜਿਹੜੀ ਇੰਡੀਆ ਦੀ ਆ ਸ਼ੂਗਰ ਲੈਵਲ ਬੜਾ ਘੱਟ ਆ ਕੈਲਰੀਜ਼ ਹਰ ਚੀਜ਼ ਦੇ ਵਿੱਚ ਬੜੀਆਂ ਘੱਟ ਆ ਬਿਨਾਂ ਕੁਛ ਕੀਤੇ ਹੋ ਮੈਂ ਹਾਲੀ ਕਿ ਇੱਥੇ ਫਰੂਟ ਅਤੇ ਵੈਜੀਟੇਬਲ ਦੇ ਰਿਹਾ ਪਰ ਹੁਣ ਇੱਕ ਦੋ ਦਿਨ ਹੋ ਗਏ ਮੈਂ ਆਪਣੇ ਇੰਡੀਅਨ ਕਮਿਊਨਿਟੀ ਦੇ ਜਿਹੜੇ ਸਾਡੇ ਵੀਰ ਨੇ ਪੰਜਾਬੀ ਪੰਜਾਬ ਤੋਂ ਜਿਹੜੇ ਉਹਨਾਂ ਦੇ ਕੋਲ ਮੈਂ ਰਹਿੰਦਾ ਪਿਆ ਪਰ ਮੈਂ ਇਹ ਚੀਜ਼ ਨੋਟਿਸ ਕੀਤੀ ਆ ਵੀ ਉਹਨਾਂ ਦੇ ਕੋਲ ਰਹਿਣ ਦੇ ਬਾਵਜੂਦ ਖਾਣ ਦੇ ਬਾਵਜੂਦ ਸਾਰਾ ਕੋਈ ਪੰਜਾਬੀ ਜਿਵੇਂ ਮੈਂ ਆਪਣੇ ਘਰ ਦੇ ਵਿੱਚ ਖਾਣਾ ਪੀਣਾ ਤਦ ਵੀ ਮੇਰਾ ਵੇਟ ਘਟੀ ਜਾਂਦਾ ਪਿਆ ਇਹਦਾ ਮਤਲਬ ਆ ਵੀ ਇੱਥੇ ਹਰ ਚੀਜ਼ ਜਿਹੜੀ ਆ ਉਹ ਪਿਓਰ ਆ ਕੋਈ ਵਿੱਚ ਮਿਕਸ ਨਹੀਂ ਆ ਕੋਈ ਵਿੱਚ ਇਹਨਾਂ ਨੇ ਕੋਈ ਮਿਲਾਵਟ ਨਹੀਂ ਆ ਕੋਈ ਜ਼ਹਿਰੀਲਾ ਪਦਾਰਥ ਨਹੀਂ ਆ ਹਰ ਚੀਜ਼ ਬਹੁਤ ਵਧੀਆ ਇਮਾਨਦਾਰੀ ਦੇ ਸਿਰ 'ਤੇ ਮੁਲਕ ਤੁਰਿਆ ਫਿਰਦਾ ਭਾਅ ਜੀ ਕੀ ਕਹਿਣਾ ਚਾਹੋਗੇ ਭਾਅ ਜੀ ਕੋਈ ਦੱਸੋ ਆਪਣੇ ਵਿਚਾਰ ਕੋਈ ਚੀਜ਼ ਰਹਿ ਗਈ ਉੱਥੇ ਸਿੱਧੀ ਇਮਾਨਦਾਰੀ ਦੀ ਖੇਡ ਆ ਪੌੜੀਆਂ ਭਾਈ ਸਾਹਿਬ ਬੜੀਆਂ ਚੜ੍ਹਦੀਆਂ ਪਈਆਂ ਜੀ ਸਾਰੀਆਂ ਪੌੜੀਆਂ ਚੜ੍ਹ ਕੇ ਆਏ ਹਾਂ ਸਾਓ ਸਾਈ ਹੋ ਗਏ ਆ ਖੜ੍ਹੇ ਆਪਣੇ ਉਸਤਾਦ ਸਾਰੇ ਫੈਮਲੀ ਸੀ ਇਹ ਕਹਿੰਦੇ ਫੋਟੋ ਖਿਚਾਉਣੀਆਂ ਅਤੇ ਨਾਲ ਥੋੜ੍ਹੀ ਵੀਡੀਓ ਵਗੈਰਾ ਬਣਾਈ ਆਪਾਂ ਬੜੇ ਲੋਕ ਅੱਛੇ ਆ ਆ ਵੇਖੋ ਟ੍ਰੈਕਿੰਗ ਕਰਦੇ ਆਏ ਹਾਏ ਨਮਸਤੇ ਹਾਂ ਨਮਸਤੇ ਬਾਹਰ ਘੁੰਮਣ ਦਾ ਨਾ ਇੱਕ ਫਾਰਮੂਲਾ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਜਿਹਨੂੰ ਵੀ ਵੇਖਣਾ ਨਾ ਉਹਨੂੰ ਬੁਲਾਈ ਜਾਣਾ ਬਸ ਇਹ ਨਹੀਂ ਆ ਵੀ ਜਿਹੜਾ ਤੁਹਾਨੂੰ ਮਤਲਬ ਕਿ ਬਿਲਕੁਲ ਇੱਕ ਔਡ ਪਰਿਓ ਦੀ ਲੰਘਣ ਦਿਆ ਪਰ ਤਕਰੀਬਨ ਜਿਹੜਾ ਤੁਹਾਡੇ ਰਸਤੇ 'ਚ ਆਉਂਦਾ ਜੇ ਮੈਂ 10 ਬੰਦਿਆਂ ਨੂੰ ਬੁਲਾਉਂਦਾ ਨਾ ਅਤੇ ਤਕਰੀਬਨ 9 ਬੰਦੇ ਮਤਲਬ ਅਵਲ ਤਾਂ ਦੱਸੇ ਤਾਂ ਦੱਸੇ ਹੀ ਬੋਲ ਕੇ ਜਾਂਦੇ ਆ ਹਰ ਬੰਦੇ ਨੇ ਇੰਟਰੈਕਸ਼ਨ ਹੁੰਦੀ ਆ ਹਰ ਬੰਦਾ ਜਾਣਦਾ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਮੈਂ ਏਅਰਪੋਰਟ ਦੇ ਉੱਤੇ ਪਹੁੰਚਿਆ ਅਤੇ ਪਹੁੰਚਦਿਆਂ ਸਾਰ ਹੀ
ਇਮੀਗ੍ਰੇਸ਼ਨ ਦੇ ਵਿੱਚ ਮੈਨੂੰ ਹੀ ਵੀ ਪਤਾ ਨਹੀਂ ਕੀ ਕੁਐਸਚਨ ਪੁੱਛਣਗੇ। ਥੋੜ੍ਹਾ ਬੰਦਾ ਹੁੰਦਾ ਹੀ ਆ ਨਰਵਸ ਜਿਹਾ ਥੋੜ੍ਹਾ ਜਿਹਾ ਵੀ, ਕਿਉਂਕਿ ਮੇਰੀ ਨਾ 2-3 ਦਿਨ ਦੀ ਹੋਟਲ ਬੁਕਿੰਗ ਨਹੀਂ ਹੈਗੀ। ਬਟ ਜਿਉਂ ਹੀ ਮੈਂ ਏਅਰਪੋਰਟ ਦੇ ਉੱਤੇ ਪਹੁੰਚਿਆ, ਇੱਕ ਬੜਾ ਗੁਲਗੁਲਾ ਜਿਹਾ ਮੁੰਡਾ, ਸੋਹਣਾ ਜਿਹਾ, ਅਤੇ ਉਹਨੇ ਮੈਨੂੰ ਲੀਡ ਕੀਤਾ, ਕਿਉਂਕਿ ਮੈਂ ਨਾ ਗਲੇ ਦੇ ਵਿੱਚ ਪਾਇਆ ਸੀ, ਸ਼ਾਇਦ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਵੀ ਇਹ ਦੱਸਿਆ ਆ, ਯੂਟਿਊਬ ਵਾਲਾ ਮੈਂ, ਮੇਰੇ ਕੋਲ ਇੱਕ ਆਈਡੀ ਕਾਰਡ ਪਾਇਆ ਹੋਇਆ ਸੀ ਮੈਂ ਯੂਟਿਊਬ ਵੱਲੋਂ ਜਿਹੜਾ ਮੈਨੂੰ ਮਿਲਿਆ। ਉਹ ਜਿਉਂ ਹੀ ਮੈਂ ਪਹੁੰਚਿਆ ਉਹ ਮੈਨੂੰ ਵੇਖ ਕੇ ਉਹਨੇ ਸਪੋਰਟ ਕੀਤਾ, ਮੈਨੂੰ ਇਮੀਗ੍ਰੇਸ਼ਨ ਤੱਕ ਲੈ ਕੇ ਗਿਆ, ਫੋਰਮ ਭਰਿਆ ਮੇਰਾ ਜਿਹੜਾ ਹੁੰਦਾ ਹੈਲਥ ਚੈੱਕਅਪ ਫੋਰਮ, ਯੈਸ, ਅਤੇ ਫੋਰਮ ਭਰਿਆ। ਫੋਰਮ ਭਰਨ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਅਫਸਰ ਸੀ ਨਾ, ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, ਕੋਈ ਜੇ ਮੈਂ ਉਦੋਂ ਰਿਕਾਰਡਿੰਗ ਕਰ ਸਕਦਾ ਹੁੰਦਾ ਤਾਂ ਤੁਸੀਂ ਦੇਖ ਲੈਣੀ ਸੀ। ਇਹ ਉਹਨਾਂ ਬੰਦਿਆਂ ਵਾਸਤੇ ਜਿਹੜੇ ਕਹਿੰਦੇ ਵੀ ਪੱਗ ਬੰਨ ਕੇ ਜਾਂ ਦੂਜੀ ਨਹੀਂ, ਪਰਮਾਤਮਾ ਦੀ ਬੜੀ ਕਿਰਪਾ ਵਾ, ਖਾਲਸਾ ਏਡ ਕਰਕੇ ਵੀ ਕਹਿ ਲਓ, ਜਾਂ ਹੋਰ ਜਿਹੜੇ ਸਿੱਖ ਪੰਥ ਨੇ ਜਿਹੜੇ ਕੰਮ ਕੀਤੇ ਆ ਦੁਨੀਆ ਦੇ ਵਿੱਚ, ਉਹਦੇ ਕਰਕੇ ਜਾਂ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ। ਉਹ ਜਿਹੜੀ ਲੇਡੀ ਸੀ ਨਾ, ਉਹਨੇ ਮੈਨੂੰ ਖੜ੍ਹੇ ਹੋ ਕੇ ਪਹਿਲੇ ਐਂ ਕਰਕੇ ਬੋ ਕੀਤਾ, ਫਿਰ ਜਦੋਂ ਮੈਂ ਆਇਆ ਆ ਕੇ ਉਹਨੇ ਮੇਰੇ ਨਾਲ ਮਤਲਬ ਮੇਰਾ ਨਾਮ ਵਗੈਰਾ ਪੁੱਛਿਆ ਸਾਰਾ, ਫੋਟੋ ਦੇਖੀ, ਅਤੇ ਮੈਨੂੰ ਕਹਿੰਦੀ ਆਪਣੇ ਬਾਇਓਮੈਟ੍ਰਿਕਸ ਦੇ ਜਾਓ। ਮੈਂ ਬਾਇਓਮੈਟ੍ਰਿਕਸ ਦਿੱਤੇ ਅਤੇ ਮੈਨੂੰ ਉਹਨੇ ਕਿਹਾ, ਕਹਿੰਦੀ ਮਨਮੋਹਨ ਸਿੰਘ, ਅਤੇ ਮੇਰਾ ਹਾਸਾ ਨਿਕਲ ਗਿਆ, ਮੈਂ ਕਿਹਾ ਹਾਂ ਮਨਮੋਹਨ ਸਿੰਘ, ਹੱਸਣ ਲੱਗ ਪਈ। ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਐਂ ਕਰਕੇ, ਮੈਂ ਸਮਝਿਆ ਵੀ ਜਿਵੇਂ ਉਹਨੇ ਕਿਹਾ ਵਾ ਵੀ ਗੱਲ ਸੁਣ ਮੇਰੀ, ਅਤੇ ਮੈਂ ਥੋੜ੍ਹਾ ਜਿਹਾ ਅੱਗੇ ਨੂੰ ਮੂੰਹ ਕੀਤਾ, ਮੈਨੂੰ ਕਹਿੰਦੀ ਗੋ ਵੀ ਤੇਰਾ ਹੋ ਗਿਆ ਕੰਮ ਸਾਰਾ ਕੁਝ, ਵੈਲਕਮ ਟੂ ਸਾਊਥ ਕੋਰੀਆ। ਅਤੇ ਆਪਾਂ ਜਦੋਂ ਨਿਕਲੇ ਹਾਂ ਉੱਥੋਂ, ਅਤੇ ਤੁਸੀਂ ਹਿਸਾਬ ਲਾ ਲਓ ਵੀ ਇੰਨਾ ਮਜ਼ਾ ਆਇਆ। ਉਸੇ ਵੇਲੇ ਉਹ ਇਮੀਗ੍ਰੇਸ਼ਨ ਔਫਿਸਰ ਦਾ ਸ਼ਾਇਦ ਟਾਈਮ ਖਤਮ ਹੋ ਗਿਆ ਸੀ, ਉਹ ਜਦੋਂ ਬਾਹਰ ਆਈ ਮੈਨੂੰ ਆ ਕੇ ਕਹਿੰਦੀ ਇਨਫੋਰਮੇਸ਼ਨ ਸੈਂਟਰ ਦੇ ਉੱਤੇ, ਉਹਨੇ ਮੈਨੂੰ ਦੱਸਿਆ ਕਿੱਥੇ ਹੈਗਾ ਵਾ, ਕਹਿ ਕੇ ਬੜੀ ਹੈਲਪ ਕੀਤੀ ਉਹਨੇ। ਸੋ ਕਹਿਣ ਦਾ ਮਤਲਬ ਵੀ ਜਦੋਂ ਬੰਦਾ ਘਰੋਂ ਨਿਕਲਦਾ ਪਰਮਾਤਮਾ ਅੱਗੇ ਅਰਦਾਸ ਕਰਕੇ ਤੁਰਿਆ ਕਰੋ। ਮੈਨੂੰ ਜੋ ਪਿਆਰ ਇੱਥੋਂ ਮਿਲਿਆ ਮੈਂ ਸੋਚ ਨਹੀਂ ਸਕਦਾ, ਤੁਸੀਂ ਯਕੀਨ ਮੰਨਿਓ ਪੂਰੇ ਕੋਰੀਆ ਦੇ ਵਿੱਚ ਮੇਰੇ ਗਰੁੱਪ, ਇਹਨਾਂ ਦੇ ਗਰੁੱਪ ਬਣੇ ਆ ਪੰਜਾਬੀਆਂ ਦਾ, ਉਹਦੇ ਵਿੱਚ ਕੋਈ 2-2.5 ਹਜ਼ਾਰ ਬੰਦਾ ਵਾ, ਅਤੇ ਮੇਰੇ ਸਬਸਕ੍ਰਾਈਬਰ ਵੀ ਇੰਨੇ ਵਧੇ ਆ ਵੀ ਮੈਂ ਦੱਸ ਹੀ ਨਹੀਂ ਸਕਦਾ। ਮੈਂ ਕਹਿੰਦਾ ਸਬਸਕ੍ਰਾਈਬਰ ਨਾਮ ਵਧੇ ਹੁਣ, ਹਰ ਬੰਦੇ ਨੇ ਮੈਨੂੰ ਫੋਟੋ ਮੇਰੀ ਵਿਖਾ ਕੇ ਪਤਾ ਕਿਹਾ ਦਿਸ ਇਜ਼ ਯੂ ਨਾ, ਮੈਂ ਕਿਹਾ ਯੈਸ, ਕਹਿੰਦੇ ਸਾਨੂੰ ਤੁਹਾਡੀ ਵੀਡੀਓ ਰਾਤੀਂ ਮਿਲ ਗਈ ਸੀ, ਅਸੀਂ ਤੁਹਾਨੂੰ ਹੀ ਲੱਭਦੇ ਪਏ ਸੀ, ਤੁਸੀਂ ਇਹ ਸਾਡੇ ਸ਼ਹਿਰ ਆਉਣਾ ਸੀ। ਭਾਈ ਸਾਹਿਬ ਹਰ ਬੰਦੇ ਨੇ ਮੈਨੂੰ ਰੋਟੀ ਖਵਾਈ ਹੈ, ਬੀਚ ਦੇ ਉੱਤੇ ਪਰੌਂਠੀਆਂ ਚਾਰ ਨਾਲ ਖਾਧੀਆਂ ਮੈਂ, ਜਿੱਥੇ ਬੰਦਾ ਸੋਚ ਨਹੀਂ ਸਕਦਾ। ਅਤੇ ਬਾਕੀ ਕੋਲਡ ਡਰਿੰਕ ਅੱਜ ਵੀ ਇਹਨਾਂ ਵਿਚਾਰਿਆਂ ਨੇ ਖਰਚਾ ਕੀਤਾ ਸਾਰਾ, ਅਤੇ ਬੜੇ ਮਤਲਬ ਕਿ ਆ ਘੁੰਮਾਉਣ ਲੈ ਕੇ ਆਏ ਆ, ਆ ਵੀ ਚਲੋ ਘੁੰਮਣ ਆਏ, ਬਟ ਮੇਰੇ ਕਰਕੇ ਇਹਨਾਂ ਨੂੰ ਇਹਨਾਂ ਨੇ ਇੰਨਾ ਕੀਤਾ, ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਆਹ ਤੁਸੀਂ ਦੇਖ ਸਕਦੇ ਹੋ ਸਾਰਾ, ਆਹ ਵੇਖੋ ਐਕਸਰਸਾਈਜ਼ ਆਹ ਕਰਦੇ ਕੋਰੀਅਨ, ਹਾਂ ਦਿਸ ਇਜ਼ ਗੁੱਡ, ਇਹ ਕਰਦੇ ਹਾਂ ਆਪਾਂ ਵੀ ਜਿਹੜਾ ਹੁਣ ਇਹ ਕੰਮ ਹੋਏਗਾ ਸ਼ੁਰੂ। ਦੋਸਤੋ ਆਪਾਂ ਹੁਣ ਆ ਗਏ ਹਾਂ ਮੇਨ, ਫਿਰ ਉਸੇ ਜਗ੍ਹਾ ਦੇ ਉੱਤੇ ਜਿੱਥੋਂ ਤੁਰੇ ਸੀ, ਅਤੇ ਹੋਪ ਵੀ ਤੁਹਾਨੂੰ ਇਹ ਜਿਹੜਾ ਵਲੌਗ ਹੈ ਬਹੁਤ ਅੱਛਾ ਲੱਗਾ ਹੋਊਗਾ। ਅਤੇ ਹਨੇਰਾ ਹੋ ਗਿਆ ਅਤੇ ਹੁਣ ਸ਼ਾਮ ਪੈ ਗਈ ਹੈ, ਅਤੇ ਚਲੀਏ ਵਾਪਸ ਆਪਣੇ ਘਰ ਨੂੰ। ਥੈਂਕ ਯੂ ਵੈਰੀ ਮੱਚ।